जी लैल साहब सत श्री अकाल। सत श्री अकाल गिल साहब। सत श्री अकाल जी। अज थोड़ा गल बैठा होया, मैं ज़्यादा बोलूँगा, तुसीं बेशक हौली हौली हाँ ना हाँ हूँ करते रहे हो मेरे नाल, लेकिन दो सबब बनते हैं। एक तो तुसीं सोचते हो कि ये तुहाडा भी चेहरा खिड़िया होया, मेरा भी चेहरा खिड़िया होया, इहदे दोस्तों कई कारण ने जी। क्योंकि एक तो श्री गुरु नानक देव जी पहली पातशाही सिखा दी, श्री गुरु नानक देव जी सिखा दी, सॉरी मैं माफ कर, सिखा नहीं दुनिया दी पहली पातशाही, क्योंकि हर वर्ग का लोग उन्होंने मनता है, उन्होंने आपका पीर पैगंबर मनता है। अज उन्हों का प्रकाश दिहाड़ है और तुहानू लख लख मुबारक साडे अदारे वालों। और दूजा लैल साहब, पहले तो तुहाडा बहुत बहुत स्वागत है शो दे विच। तुहाडा वी गिल साहब बहुत बहुत धन्यवाद जी। तुसीं दुबारा फिर अज ਆਪਾਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਏ ਹਾਂ ਔਰ ਸਾਰੇ ਮੇਰੇ ਦਰਸ਼ਕ ਵੀਰਾਂ ਨੂੰ, ਭੈਣਾਂ ਨੂੰ, ਆਪਣੇ ਬੱਚਿਆਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਰਹਿ ਰਹੇ ਨੇ, ਉਹਨਾਂ ਸਭਨਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਲੱਖ ਲੱਖ ਮੁਬਾਰਕਾਂ। ਔਰ ਦੂਜੀ ਖੁਸ਼ੀ ਦੀ ਗੱਲ ਲੈਲ ਸਾਹਿਬ ਇਹ ਹੈ ਜੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਖੋਲ੍ਹਤਾ ਜੀ, ਉੱਥੇ ਸੰਗਤਾਂ ਅਭਿਲਾਸ਼ੀ ਸੀ ਦਰਸ਼ਨਾਂ ਨੂੰ, ਦੇਸ਼ਾਂ ਵਿਦੇਸ਼ਾਂ ਤੋਂ ਲੋਕ ਦੂਰੋਂ ਦੁਰਾਡਿਓਂ ਆਉਂਦੇ ਸੀ, ਲੇਕਿਨ ਮਨ ਦੇ ਵਿੱਚ ਇੱਕ ਟੀਸ ਉੱਠਦੀ ਸੀ ਕਿ ਯਾਰ ਆਹ ਖੜ੍ਹਾ ਹੈ, ਆਹ ਸਾਹਮਣੇ ਦਿਖਦਾ ਦੂਰਬੀਨ ਦੇ ਨਾਲ ਸ਼੍ਰੀ ਗੁਰੂ ਕਰਤਾਰ ਸਾਹਿਬ। ਫਿਰ ਸਰਕਾਰਾਂ ਨੇ ਬੰਦ ਕਰਤਾ ਬੜੀ ਮੁਸ਼ਕਲ ਦੇ ਨਾਲ, ਦੋਨੇ ਮੁਲਕਾਂ ਨੇ ਐਫਰਟ ਕੀਤੀ ਸੀ, ਕਰੋਨਾ ਕਾਲ ਕਰਕੇ ਫਿਰ ਬੰਦ ਹੋ ਗਿਆ ਸੀ, ਪਰ ਨਰਿੰਦਰ ਮੋਦੀ ਦੀ ਸਰਕਾਰ ਨੇ ਕੱਲ੍ਹ ਯਾਨੀ ਕਿ 19 ਤਰੀਕ ਨੂੰ ਉਹ ਫਿਰ ਉਹ ਰਸਤਾ ਖੋਲ੍ਹਤਾ ਔਰ ਸ਼ਰਧਾਲੂ ਜਾਣੇ ਸ਼ੁਰੂ ਹੋ ਗਏ। ਕਿੱਡੀ ਪਵਿੱਤਰ ਗੱਲ ਹੈ, ਕਿੰਨੀ ਮੁਕੱਦਸ ਗੱਲ ਹੈ। ਕੱਲ੍ਹ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਆਪਣੀ ਕੈਬਨਿਟ ਦੇ ਨਾਲ ਦਰਸ਼ਨ ਕਰਕੇ ਆਏ ਨੇ। ਸੋ ਤੀਜੀ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਉਹ ਅਸੀਂ ਦੱਸਣ ਲੱਗੇ, ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਦੇ ਕਾਨੂੰਨ ਸੀ, ਪਿਛਲੇ 2 ਸਾਲ ਤੋਂ ਕਿਸਾਨ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਨੇ, ਮੈਂ ਖੁਦ ਲੈਲ ਸਾਹਿਬ ਖੁਦ ਅਸੀਂ 1 ਸਾਲ ਪੂਰਾ ਉਹਨਾਂ ਬਾਰਡਰਾਂ ਦੇ ਉੱਤੇ ਨਿਊਜ਼ ਕਵਰੇਜ ਕਰਦੇ ਰਹੇ, ਤੁਸੀਂ ਸਾਰਿਆਂ ਨੇ ਵੇਖੀ ਹੈ ਸਾਡੇ ਯੂਟਿਊਬ 'ਤੇ ਵੀਡੀਓਜ਼ ਜਿਹੜੇ ਮੇਰੇ ਪਏ ਨੇ। ਦਿਨ ਰਾਤ ਮੈਂ ਇੱਕ ਕੀਤਾ ਉੱਥੇ, ਦਿੱਲੀ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ, ਹਰ ਕਿਸਾਨ ਦਾ ਇੰਟਰਵਿਊ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਬ੍ਰੌਡਕਾਸਟ ਕੀਤਾ ਔਰ ਤੁਹਾਨੂੰ ਉਹ ਦੁੱਖ ਦਰਦ ਸੁਣਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਅੱਜ ਉਹ ਦੁੱਖਾਂ 'ਤੇ ਮੱਲਮ ਲੱਗ ਚੁੱਕੀ ਹੈ ਮੇਰੇ ਦੋਸਤੋ, ਕਿਉਂਕਿ ਨਰਿੰਦਰ ਮੋਦੀ ਨੇ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਕਿ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਕਰਤੇ। ਹਾਲਾਂਕਿ ਲਿਖਤੀ ਰੂਪ ਦੇ ਵਿੱਚ ਇਹ ਨਹੀਂ ਹੋਇਆ, ਲੇਕਿਨ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਨਰਿੰਦਰ ਮੋਦੀ ਨੇ ਐਲਾਨ ਕੀਤਾ ਖੁਦ ਲਾਈਵ ਹੋ ਕੇ ਕਿ 3 ਕਾਲੇ ਕਾਨੂੰਨ ਮੈਂ ਵਾਪਸ ਕਰ ਰਿਹਾ। ਔਰ ਜਿਹੜੀ ਇਹ ਮੀਟਿੰਗ ਹੋਣੀ ਹੈ ਆਉਣ ਵਾਲੀ ਸਦਨ ਦੀ, ਉਹਦੇ ਵਿੱਚ ਅਸੀਂ ਇਹਨੂੰ ਬਿਲਕੁਲ ਡੈਡ ਕਰ ਦਿਆਂਗੇ। ਔਰ ਦੂਜੇ ਪਾਸੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਿੰਨਾ ਚਿਰ MSP ਪੂਰੀ ਤਰ੍ਹਾਂ ਯਕੀਨੀ ਨਹੀਂ ਬਣਾਈ ਜਾਂਦੀ ਜਾਂ ਰਿਟਰਨ ਦੇ ਵਿੱਚ ਕੁਛ ਨਹੀਂ ਆਉਂਦਾ, ਉਹਨਾਂ ਚਿਰ ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਖੈਰ ਖੁਸ਼ੀ ਦੀ ਗੱਲ ਹੈ, ਚਾਰੇ ਪਾਸੇ ਵਧਾਈਆਂ ਆ ਰਹੀਆਂ ਨੇ, ਵਧਾਈਆਂ ਦੇ ਸੁਨੇਹੇ ਆ ਰਹੇ ਨੇ, ਕਿਸਾਨ ਜਥੇਬੰਦੀਆਂ ਖੁਸ਼ੀ ਮਨਾ ਰਹੀਆਂ ਨੇ। ਕਿਸਾਨਾਂ ਦੇ ਘਰ ਅੱਜ ਵਾਕਈ ਅੱਜ ਦਾ ਦਿਨ ਪ੍ਰਕਾਸ਼ ਪੁਰਬ ਨੂੰ ਲੈ ਕੇ ਬੜਾ ਸੁਜੱਜਮ ਦਿਨ ਹੈ, ਅੱਜ ਖੁਸ਼ੀ ਦਾ ਦਿਨ ਹੈ ਕਿ ਦੋ ਖੁਸ਼ੀਆਂ ਮੋਦੀ ਸਰਕਾਰ ਨੇ ਸਾਨੂੰ ਕਰਤਾਰਪੁਰ ਕੋਰੀਡੋਰ ਦੀ ਅਤੇ 3 ਕਾਲੇ ਕਾਨੂੰਨ ਵਾਪਸ ਲੈਣ ਦੀ ਜਿਹੜੀ ਦਿੱਤੀ ਹੈ, ਉਹਦੇ ਲਈ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਕਿਉਂ ਲੈਲ ਸਾਹਿਬ ਤੁਹਾਡਾ ਕੀ ਕਹਿਣਾ ਹੈ? ਗਿੱਲ ਸਾਹਿਬ ਬਹੁਤ ਵਧੀਆ, ਕਹਿੰਦੇ ਦੇਰ ਆਈ ਦਰੁਸਤ ਆਈ। ਮੋਦੀ ਸਰਕਾਰ ਨੇ, ਭਾਜਪਾ ਦੀ ਸਰਕਾਰ ਨੇ ਖਾਸ ਕਰਕੇ ਜਿਹੜੇ ਇਹ ਸਾਡਾ ਲਾਂਘਾ ਜਿਹੜਾ ਖੋਲ੍ਹਿਆ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਲਾਂਘਾ ਖੋਲ੍ਹ ਕੇ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਹੈ, ਅੱਜ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਦੇ ਉਸ ਸਥਾਨ 'ਤੇ ਜਿੱਥੇ ਗੁਰੂ ਸਾਹਿਬ ਨੇ ਕਾਫੀ ਸਮਾਂ ਜਿਹੜਾ ਆਪਣਾ ਗੁਜ਼ਾਰਿਆ ਸੀ ਔਰ ਉਹਦੇ ਦਰਸ਼ਨਾਂ ਵਾਸਤੇ ਜਿਹੜਾ ਇਹ ਲਾਂਘਾ ਖੋਲ੍ਹਿਆ ਗਿਆ। ਇਹ ਸਭ ਤੋਂ ਜ਼ਿਆਦਾ ਜਿਹੜੇ ਵਧਾਈ ਦੇ ਜਿਹੜੇ ਪਾਤਰ ਨੇ ਉਹ ਸਾਡੇ ਉਹ ਨੇ ਜਿਨ੍ਹਾਂ ਬੰਦਿਆਂ ਨੇ ਬਹੁਤ ਯਤਨ ਕੀਤਾ। ਅੱਜ ਵੱਖਰੀ ਗੱਲ ਹੈ ਗਿੱਲ ਸਾਹਿਬ ਵੀ ਹਰ ਸਿਆਸੀ ਪਾਰਟੀ ਜਿਹੜੀ ਹੈ ਨਾ ਉਹ ਆਪੋ ਆਪਣਾ ਕ੍ਰੈਡਿਟ ਲੈਣ ਨੂੰ ਤਿਆਰ ਹੋਈ ਬੈਠੀ ਹੈ। ਜੀ 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 ਵੀ ਮੈਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਆ, ਮੈਂ ਕੋਸ਼ਿਸ਼ ਕੀਤੀ ਆ, ਜੇ ਕੋਸ਼ਿਸ਼ ਕੀਤੀ ਆ, ਔਰ ਭਾਜਪਾ ਨੇ ਇਸ ਸਾਰੇ ਕੁਛ ਦਾ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਹੱਕ 'ਚ ਜ਼ਰੂਰ ਲੈ ਲਿਆ, ਕਿਉਂਕਿ 1 ਦਿਨ ਪਹਿਲਾਂ ਹੀ ਉਹਨਾਂ ਨੇ ਭਾਜਪਾ ਦੀ ਜਿਹੜੀ ਪੰਜਾਬ ਇਕਾਈ ਸੀ ਉਹਨੂੰ ਸੱਦ ਕੇ ਉਹਦੇ ਨਾਲ ਰਾਸ਼ਟਰਪਤੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਔਰ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਕੇ ਅਗਲੇ ਦਿਨ ਹੀ ਜਿਹੜਾ ਉਹ ਲਾਂਘਾ ਖੋਲ੍ਹਣ ਦਾ ਜਿਹੜਾ ਜਿੱਦਾਂ ਐਲਾਨ ਕਰ ਦਿੱਤਾ। ਕਹਿਣ ਦਾ ਭਾਵ ਇਹਨਾਂ ਰਾਜਸੀ ਪਾਰਟੀਆਂ ਜਿਹੜੀਆਂ ਕਿ ਇੱਕ ਦੂਜੇ ਨੂੰ ਬੜੀਆਂ ਡਾਊਨ ਕਰਨ ਦੀਆਂ ਕੋਸ਼ਿਸ਼ ਕਰਦੀਆਂ, ਸਗੋਂ ਇਹ ਚਾਹੀਦਾ ਸੀ
भी खुशी का इजहार कर दियाँ। मैं कई टीवी ते इहो जिहे प्रोग्राम देखे जिन्हां च उह आपो अपने खाते च पाउण लई आपो अपना क्रैडिट लैण लई, क्योंकि बनता नहीं है क्रैडिट, इदां दी गलत गल है भी जे कोई चंगा कार्ज कीता जांदा ते उहदी हमायत करनी चाहीदी है। सो ये हमायत इत्थों सगों मैं ते कहिंदा भी इहदे तों जिहड़ा लांघा खोलिया ये लांघे गल तक सीमित ना गल रहे, इहनू अगे तोरिया जाए। साडा जिहड़ा वपार सिस्टम है वह पाकिस्तान नाल होवे, पंजाब पाकिस्तान का जिहड़ा पंजाब साडा पूर्वी पंजाब है, असी एक कट्ठे सां, जिला अमृतसर गुरदासपुर फिरोजपुर जिहड़ा साडा एक हिस्सा सी, साडा आउण जाण सी, साडियां रिश्तेदारियां सी, साडी बोली सांझी सी, साडा सभ्याचार सांझा सी, सारा कुछ खाण पीण साडा उहनां नाल सांझा सी। असीं चाहुंदे हां भी इत्थों अगे जा के भी पाकिस्तान अज दुश्मन नहीं है, वह साडा भी दोस्त है, साडे भी इत्थे रिश्तेदारियां सारा भैण भरा उहनां दे वी रहिंदे ने। कोशिश होनी चाहीदी आ भी इतों अगे जा के उन्होंने प्रेम तो प्यार का जिहड़ा एक सांझे थां बैठ के इस गल नूं होर भी सुखाला करना चाहिए, होर भी नेड़ता लैके आनी चाहिए है। और दूसरी गल जिहड़ी किसानां दी गल, अज सारे किसान जिहड़े ने वो वधाई दे पात्र ने जी। जे अज संघर्ष दी जिहड़े तीन काले कानून सरकार ने जिहड़े वापस लए ने, एक सरकार ने इस ढंग नाल लै ले, एक पूरे साल का एक साल तो कुछ जिहड़े दिन सी उहदा जिहड़ा संताप अपने पिंडां ते हंडाया। असी उस वेले भी कहिंदे सां जिस वेले संघर्ष की शुरुआत हुई सी जी, भी तिखे ते जिहड़े संघर्ष ने इस जिंदगी दे अंदर लड़ाई लड़के ही ले जा सकते ने। सो अज जे मंगा मन्नियां गईयां ते उहनां किसान जथेबंदियां जिन्हां दे अगवाई उगराह वर्गियां ने, डॉक्टर दर्शन पाल वर्गियां ने जां लखोवाल साहब वर्गियां ने, जे लड़ाई गिल साहब एक ते पोलीटिकल खेत्र वाले बंदियां दी हुंदी ते शायद अज जित के बाहर ना निकलदे, पर एक और गल जे अज जित होई है जी 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 जी, जे जित होई है ते सिर्फ किसानां करके, जथेबंदियां करके, उन्हां इनकलाबी जथेबंदियां करके जिन्हां दा सिर्फ ते सिर्फ इक्को टीचा सी संघर्ष नूं कामयाब करना ते तीन काले कानून वापस लैना। अज भाजपा ने तीन काले कानून साहिब श्री गुरु नानक दे बर्थडे ते वापस लै के सारे संसार दीआं जिहड़ियां ने वो जिहड़ी हमायत आ उन्हां ने उहदी लै ली। पर नाल नाल इक गल होर आपां जरूर कहूँगा जी, वो नाल नाल गल इह भी जिहड़े ये एक साल के अंदर उन्हां परिवारां ने जिन्हां परिवारां ने अपने पिंडे ते सब कुछ हंडाया ते वह कुरबानियां दे गए, शहीद हो गए, वह अपने परिवार को छड्ड के चल गए, कईआं दीआं फसलां बर्बाद होईआं। सरकार नूं चाहीदा जिथे उन्हां काले कानून वापस लए ने उहदे नाल नाल उन्हां नूं केंद्र सरकार खास करके 50 लाख रुपए कट्टो उन्हां शहीदां नूं, उन्हां किसान जथेबंदियां दे नाल संबंधित किसानां नूं जिहड़े इत्थों रुसत हो गए ने, उन्हां दे परिवारां नूं आर्थिक मदद दे के उन्हां नूं होर चुक्या जावे, उपर चुक्या जावे, तां कि साडी सरकार असीं सोच सकीए कि साडियां सरकारां ने साडे लोकां दा दुख सुख जाणदियां ने। सो इस गल लई वधाई दे पात्र ने। पर कुछ मैं अज इक वेरका साहब दी इक इंटरव्यू वेखी सी जी, मैनूं बड़ा दुख होया सुण के। वेरका साहब ये कहिंदे भी 3.5 साल जिदा एक महीना पे मतलब 11 महीने जिहड़ा जां 12 महीने संघर्ष चलिया उस वेले क्यों नहीं सरकार ने ध्यान दिता। मैं वेरका साहब नूं पुछदा भी वेरका साहब 4.5 साल तुहाडी कांग्रेस ने राज कीता, अज 4.5 साल हो गए ने, तुसीं कित्थे सी, तुहाडे 4.5 साल तक तुसीं डक्का दूरा नहीं कीता, कुछ नहीं कीता। वक्खरी गल है कि 5वें साल च आण के 4.5 साल तो बाद आण के मुख्य मंत्री कैप्टन अमरिंदर सिंह नूं साबका कर दिता, ला दिता ते चंदी नूं दे दिता गया, ते अज जाके तुसीं 3 महीनों च कुछ जिहड़े आ उह गल्लां जिहड़ियां कढ रहे हो, इट मीनस तुसीं क्यों नहीं 4.5 साल कुछ कीता। 4.5 साल लोगों का खून पीता, 4.5 साल लोगों नूं कुटिया मारिया बर्बाद किया, रेता वेची सोने के भाव वेची, तुसी शराब दियां जिहड़ी माफिया दे तौर ते कम कीता, अज तुसी 4.5 साल बाद लोगों का दुख दुद्ध मंडाउण निकले हो, तो जे अज भाजपा की सरकार ने 3 काले कानून लै ले तो तुहानूं की तकलीफ हुंदी है। सो इस करके तकलीफ इस गल दी है भी भाजपा ने अपना जिहड़ा किरदार है जां अपना जिहड़ा गुआचिया होया जिहड़ा सी रुतबा उहनूं बहाल करन दी कोशिश कीती है, भावें कि लगदा तो यही है भी ये चोणां दा जिहड़ा उह साल है 2022 चोणां दा साल है, तो हर राजसी पार्टी जिहड़ी है वह अपने आप दे हक च लोकां नूं भगताउण लई इदां दे जिहड़े ने पहलां मसले उलझाए जांदे ने तो फिर जाके लास्ट मसलियां नूं थोड़ा बहुता हल करके लोगों का विश्वास जितया जांदा। सो वेरका साहब एक गल ध्यान च रखियो भी जिहड़े ऐलान तुहाडा मुख्यमंत्री अज कर रहा ना, ये कोई गरंटी नहीं है
ये ऐलान किए पैसे ऐलान किए जड़े सारे सुख आराम ने ऐलान कीतियां जड़ियां ग्रांटा ने ये लोगों नूं मिल जाण जी बिल्कुल मत सोचियो क्योंकि 2022 दी इलैक्शन तो बाद ये सारा कुछ उस तरह ही चलना की यकीन है अज चन्नी साहब मुख्यमंत्री ने कल चन्नी साहब ना रहन मैं एक गल होर कहूँगा भी चन्नी साहब चाहते चार साल पहला भी मंत्री रहे ने जिन्हिया भी उन्हों यादगार जिन्हों के अज उद्घाटन कर जा रहे हैं चमकौर साहब इस यादगार का नींह पत्थर भी उस वेले श्रोमणी अकाली दल की सरकार ने रखिया वक्री गल भी साढ़े चार साल उन्होंने फंड नहीं मुहैया कराए गए अपनी सरकार तो प्रोजैक्ट जोड़ा सी वो अपना जोड़ा सी अवेसला रह गया देरी हुई तो जे अज देरी तो बाद क्रैडिट जोड़ा कांग्रेस लै रही है पर यह प्रोजैक्ट शुरू भी जोड़े अकाली दल के किए जे पुलों के का जे सारे प्रोजैक्ट से अकाली दल के शुरू हुए हुए थे जो मुख्यमंत्री ने जोड़े भी हम कैरों वर्गे ज होर थावान पर प्रोजैक्ट रखे ने नींह पत्थर रखे ने इन्हों अगली सरकार वो कि रंग की होगी कि पार्टी की होगी वह पूरा करेगा पर यह मत सोचना भी साड़ी सरकार ने सब कुछ किया सो इस करके चन्नी नूं एक बेनती मैं मुख्यमंत्री नूं होर करांगा भी साढ़े चार साल जिस शहर से तुसीं जम्मे पले हो तुसीं लोगों नूं जाके कहिंदे हो भी मैनूं मतवाना बना लो मैं तुहाडा जिहड़ा मैनूं जिहड़ा अपना पुत बना लो गोद लै लो गोद लैण दा मतलब सिर्फ ते सिर्फ अज मेरी गल दा परसों की कीती गल दा अज पड़ोरता की गई है भी चन्नी आदमपुर तो अपना जिहड़ा मतवाना बनने की कोशिश कर रहा उत्थे गोद जाण की कोशिश कर रहा और अपने भरा की सीट नूं बचाउण वास्ते दो सीटां तो लड़ाई जिहड़ी लड़ी जाएगी कदे गल करांगे इन्हां दो सीटां की गल करांगे उस वास वेले की जदों ये राजसी पार्टियां किवें लोगों नूं मूर्ख बनाउंदियां ने मैं चन्नी जी नूं एक बेनती करदा कि तेरे शहर के अंदर तू बाकी थावां ते जा जा के अनाउंस करदा तेरे शहर की बडाला वाली सड़क जिहड़ी बडाला खरड़ तों बडाले नूं जांदी है तो एक डेढ़ किलोमीटर का पौने दो किलोमीटर का टोटा जिहड़ा कि रेलवे स्टेशन नूं जांदा है अज साढ़े पांच साल उन्हूं रोंदिया पिटदिया हो गया उत्थे खड्डे इन्ने ने कि स्कूटर भी जिहड़ा लंघ नहीं सकता जिस बंदे नूं मुख्यमंत्री नूं अपने शहर की सफाई अपने शहर दियां सोसाइटीज़ अपने शहर की सड़क का फिक्र ना हो दूसरे थान जाके अपने मतमन्ना साबित कर रहा एक साबित गल है कि पंजाब के लोगों सिर्फ तो सिर्फ ये जड़ियाँ मखौ मतलब जड़िया है लारेबाजियाँ ये धोखेबाजियाँ ये अनाउंसमेंटा ये सारिया कर मैं ये गल की नहीं तो साहब श्री गुरु नानक जब के बर्थडे उत्ते जन्म दिहाड़े के उत्ते असी योजी गल नहीं सी करना चाहते इस करके नहीं भी जिस साहब श्री गुरु नानक साहब ने सारी दुनिया नूं साध्या होवे सारी दुनिया नूं एक रब्बी रूप दे तौर ते जाणिया होवे एक नूर तों सब दा उपजा कौन भले को मंदे ओहो जिहा नारा देण वाला ओहो जी गल करन वाले साहब श्री गुरु नानक बर्थडे दे उत्ते इदां दी गल शोभा सानूं नहीं दिंदी दी पर उस वेले शोभा तां दिंदी है जदों साडे राजसी लोक हर गल नूं अपने खाते च भुगताउण दी कोशिश करदे आ अपनी मंजी थले सोटा नहीं फेरदे अपने गिरेबान च झाक के नहीं वेखते भी असीं की कीता पर जे किसी ने कोई कीता तो उहदी सिफत करन तों कन्नी कतराउंदे ने सो गिल साहब चाहीदा तां इह आ भी जिथे मोदी सरकार ने यह सारा कुछ जिहड़ा दो बहुत वड्डे फैसले करके पंजाब दे लोकां नूं इस राह पाया उहदे नाल नाल उहनां शहीदां नूं उहनां सारे जिहड़े अफेक्टड हो चुके ने किसान जथेबंदियों के बंदियों नूं उन्होंने भी आर्थिक मदद दे के उन्हां दी मुड़ जिहड़ी है वसेबा जिहड़ा जिहनूं कह दिंदे आ कि वह सारी जिहड़ी उन्हां बंदियों नूं अपने पैरां सिर करन दी कोशिश की जाए तो एम एस पी की जिहड़ी डिमांड है उन्हूं गरंटी जिहड़ी हैगी आ उन्हूं इमीजिएटली लागू करके विधान अपने पार्लीमेंट हाउस तों पास करवा के इन्हां किसानां दे रोह नूं होर ठंडिया किया जाए पर सब तो वध वधाई दे पात्र मेरियां उह 36 जां जिहड़ियां 41 जथेबंदियां ने जिन्हां बंदियां ने सिरड़ करके अज अपने हक लए ने जे इसे ही तरह पंजाब दे लोक इसे तरह हिंदुस्तान के लोग एक जथेबंधक ढंग के नाल चाहे वह मुलाजम जथेबंदियां ने चाहे किसानों दी जथेबंदियां ने चाहे मजदूरों दी जथेबंदियां ने यह सारिया जथेबंदियां जब तक जथेबंद होकर इन्हां राजसी नेता का करैक्टर नहीं जानदियां उदों तक साडी जित नहीं यकीनी नहीं हो सकती बिल्कुल अज उन्हां 36 जां 41 जथेबंदियां ने अपनी एकता विखा के अपनी समर्था विखा के सिर्फ तो सिर्फ टेक अपने संघर्ष से रखी है भगत सिंह उन्होंने गल कही सी मनुख के हथों मनुख उदों लुट खत्म होगी जो तुम लामबंद होंगे सो अज उन्होंने ये जित दा विखा दिता दुनिया के अंदर एक दिन च दुनिया हिलाई सी कहिंदे 10 दिन च दुनिया हिला दित्ती गई
ਸੋ ਇਸ ਕਰਕੇ ਇਹ ਸਾਬਤ ਹੋ ਗਿਆ ਵੀ ਕਿਸਾਨਾਂ ਨੇ ਆਪਣੇ ਸੰਘਰਸ਼ ਦੇ ਜ਼ੋਰ, ਆਪਣੀ ਏਕਤਾ ਦੇ ਜ਼ੋਰ ਅੱਜ ਭਾਰਤ ਦੀ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਆ। ਭਾਰਤ ਦੀ ਸਰਕਾਰ ਨੂੰ ਮਜਬੂਰ ਬਸ ਇਹ ਜਿਹੜਾ ਕਾਨੂੰਨ ਵਾਪਸ ਲਏ ਨੇ। ਸੋ ਇਸ ਕਰਕੇ ਸਾਰਿਆਂ ਨੂੰ ਆਪਣੇ ਨੂੰ ਰਲ ਮਿਲ ਕੇ ਇਸੇ ਤਰ੍ਹਾਂ ਨਾਲ ਆਪਣੇ ਸੰਘਰਸ਼ ਨੂੰ ਤਿੱਖਾ ਅਤੇ ਹੋਰ ਤਿੱਖਾ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਇਹ ਰਾਜਸੀ ਲੋਕਾਂ ਦੇ ਨੱਕ 'ਚ ਦਮ ਹੋ ਸਕੇ ਔਰ ਲੋਕਾਂ ਦੇ ਦੁੱਖ ਦਰਦ ਨੂੰ ਵੰਡਾਉਣ ਦਾ ਇਹਨਾਂ ਦਾ ਹਿਆ ਪੈਦਾ ਹੋ ਜੇ। ਅੱਜ ਇਸ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਦਿਹਾੜੇ ਦੇ ਉੱਤੇ ਇਹ ਕਸਮ ਖਾਓ ਵੀ ਆਉਣ ਵਾਲੇ ਸਮੇਂ 'ਚ ਜਿਹੜੀ 2022 ਦੀਆਂ ਇਲੈਕਸ਼ਨਾਂ 'ਚ ਉਹਨਾਂ ਬੰਦਿਆਂ ਨੂੰ ਚਿੜੋ ਜਿਹੜੇ ਬੰਦੇ ਤੁਹਾਡੇ ਦੁੱਖ ਦਰਦ ਨੂੰ ਜਾਣਦੇ ਨੇ, ਜਿਹੜੇ ਤੁਹਾਨੂੰ ਸਮਝਦੇ ਨੇ, ਤੁਹਾਡੇ ਪਿੰਡਾਂ ਦੇ ਲੋਕ ਹੋਣ, ਤੁਹਾਡੇ ਆਪਸੀ ਲੋਕ ਹੋਣ। ਇਹ ਨਾ ਹੋਏ ਪੈਰਾਸ਼ੂਟ ਦੇ ਰਾਹੀਂ ਸੁੱਟਿਆ ਹੋਇਆ ਕੈਂਡੀਡੇਟ ਜਿਹਨੂੰ ਕੋਈ ਮਤਲਬ ਨਹੀਂ ਤੁਹਾਡੇ ਲੋਕਾਂ ਦੇ ਦਰਦ ਨਾਲ, ਕੋਈ ਲੋਕ ਸਾਡੇ ਵਿਕਾਸ ਦੇ ਕੰਮਾਂ ਨਾਲ ਉਹਨੂੰ ਕੋਈ ਮਤਲਬ ਨਹੀਂ। ਉਹਨੂੰ ਸਿਰਫ ਮਤਲਬ ਹੈ ਅਤੇ ਪਾਰਟੀ ਨੂੰ ਮਤਲਬ ਇਹ ਆ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਸਿਰਫ ਆਪਣੇ ਹੱਥ ਹਿਲਾਏਗਾ, ਉਹਦੇ ਹੱਕ 'ਚ ਆਪਣੇ ਹੱਥ ਖੜਾ ਕਰੇਗਾ। ਕੋਈ ਮਸਲੇ ਮੰਗਾਂ ਦਾ ਉਹਨੂੰ ਕੋਈ ਲੈਣ ਦੇਣ ਨਹੀਂ। ਉਹ ਤਾਂ ਉਹਨੂੰ ਪਤਾ ਵੀ ਅਗਲੀ ਜਿਹੜੀ ਇਲੈਕਸ਼ਨ ਆਊਗੀ ਆਪੇ ਰਾਜਸੀ ਪਾਰਟੀ ਕੋਲ ਮੈਨੂੰ ਲੈ ਲੂਗੀ ਅਤੇ ਜਿਹੜੇ ਮੇਰੀ ਸਮਰੱਥਾ ਆਊਗੀ ਤਾਂ ਮੈਨੂੰ ਟਿਕਟ ਦੇ ਦੇਗੀ, ਮੈਂ ਲੋਕਾਂ ਤੋਂ ਕੀ ਲੈਣਾ। ਸੋ ਇਹੋ ਜਿਹੇ ਆਗੂਆਂ ਨੂੰ, ਬਾਹਰ ਦੇ ਪੈਰਾਸ਼ੂਟ ਰਾਹੀਂ ਸੁੱਟੇ ਹੋਏ ਆਗੂਆਂ ਨੂੰ ਹੱਥ ਮੂੰਹ ਨਾ ਲਾਇਆ ਜੇ। ਆਪਣੇ ਜਿਹੜੇ ਤੁਹਾਡੇ ਇਲਾਕੇ ਦੇ ਨੇ ਜੰਪਲ ਇਲਾਕੇ ਦੇ ਲੋਕ ਜਿਹੜੇ ਬੰਦੇ ਨੇ ਉਹਨਾਂ ਨੂੰ ਤੁਸੀਂ ਅੱਗੇ ਲਿਆਓ, ਅੱਗੇ ਲਿਆ ਕੇ ਸੰਘਰਸ਼ 'ਤੇ ਟੇਕ ਰੱਖ ਕੇ ਜਿੱਤ ਪ੍ਰਾਪਤ ਕਰੋ, ਇਹੀ ਸਾਡਾ ਇੱਕ ਨਾਰਾ ਹੈ ਜੀ। ਲਹਿਲ ਸਾਹਿਬ ਹੁਣ ਦੇਖੋ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਜੀ, ਚਾਰੇ ਪਾਸੇ ਖੁਸ਼ੀਆਂ ਦੇ ਸੁਨੇਹੇ ਆ ਰਹੇ ਨੇ, ਆਪਾਂ ਨੂੰ ਵੀ ਵਟਸਐਪ 'ਤੇ ਮੈਸੇਜ ਆ ਰਹੇ ਨੇ ਕਿ ਬਹੁਤ ਬਹੁਤ ਮੁਬਾਰਕਾਂ ਗਿੱਲ ਸਾਹਿਬ, ਬਹੁਤ ਬਹੁਤ ਮੁਬਾਰਕਾਂ ਬਾਸੀ ਸਾਹਿਬ। ਇਹ ਮੁਬਾਰਕਾਂ ਜਿਹੜੀਆਂ ਹੈਗੀਆਂ ਨੇ ਹਲੇ ਥੋੜ੍ਹੀਆਂ ਜਿਹੀਆਂ ਅਧੂਰੀਆਂ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ MSP 'ਤੇ ਗਰੰਟੀ ਜਿਹੜੀ ਹੈਗੀ ਹੈ ਜੇ ਹੋ ਨਹੀਂ ਹੋਏ, ਔਰ ਦੂਜੀ ਗੱਲ ਇਹਦਾ ਕੋਈ ਰਿਟਨ 'ਚ ਫੈਸਲਾ ਨਹੀਂ ਆਇਆ, ਹਜੇ ਸਿਰਫ ਰਸਮੀ ਐਲਾਨ ਕੀਤਾ। ਲੇਕਿਨ ਫਿਰ ਵੀ ਉਸ ਤੋਂ ਬਾਅਦ ਲੱਖੋਵਾਲ ਸਾਹਿਬ ਨੇ ਗੱਲ ਕਹੀ ਹੈ ਜਾਂ ਹੋਰ ਜਥੇਬੰਦੀਆਂ ਨੇ ਕਹੀ ਵੀ ਖੁਸ਼ੀ ਦਾ ਮੌਕਾ ਦੇਖੋ ਹੈਗਾ, ਇਹ 'ਚ ਕੋਈ ਸ਼ੱਕ ਵਾਲੀ ਗੱਲ। ਹੁਣ ਸਵਾਲ ਇੱਥੇ ਖੜ੍ਹਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੀ ਭੂਮਿਕਾ ਹੋਏਗੀ, ਕਿਉਂਕਿ ਕਿਆਸਕਾਰੀਆਂ ਲਗਾਈਆਂ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਗਏ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸਾਨੀ ਜਿਹੜਾ ਹੈਗਾ ਬਿੱਲ ਤੁਸੀਂ ਵਾਪਸ ਲੈ ਲਓ ਔਰ ਭਾਜਪਾ ਮੁੜ ਜਿਉਂਦੀ ਹੋ ਜੂਗੀ। ਇਹ ਗੱਲਾਂ ਉਦੋਂ ਸਾਹਮਣੇ ਆਈਆਂ ਸੀ ਜੀ, ਉੜਦੀਆਂ ਹੁਣ ਕੀ ਹੈ, ਜਿੰਨਾ ਜਦੋਂ ਭਾਜਪਾ ਨੂੰ ਲੋਕ ਨਿਕਲ ਨਹੀਂ ਸੀ ਦਿੰਦੇ ਬਾਹਰ, ਭਾਜਪਾ ਦੇ ਕੈਂਡੀਡੇਟਾਂ ਦਾ ਵਿਰੋਧ ਹੋ ਰਿਹਾ ਸੀ, ਭਾਜਪਾ ਦੀ ਕੋਈ ਮੀਟਿੰਗ ਨਹੀਂ ਸੀ ਹੋਣ ਦੇ ਰਹੇ, ਅਕਾਲੀਆਂ ਦੀ ਮੀਟਿੰਗ ਨਹੀਂ ਸੀ ਹੋਣ ਦੇ ਰਹੇ, ਹੁਣ ਤਿੰਨ ਕਾਲੇ ਕਾਨੂੰਨ ਜਦੋਂ ਵਾਪਸ ਲੈ ਲਏ, ਅਗਲੇ ਮਹੀਨੇ ਰਸਮੀ ਐਲਾਨ ਵੀ ਹੋ ਜਾਣਾ, ਅਗਲੇ ਮਹੀਨੇ ਰੱਦ ਵੀ ਬਿਲਕੁਲ ਹੋ ਜਾਣਗੇ, ਕਿਸਾਨ ਜਥੇਬੰਦੀਆਂ ਵਾਪਸ ਵੀ ਚਲੋ ਆ ਜਾਣਗੀਆਂ, ਉਸ ਤੋਂ ਬਾਅਦ ਭਾਜਪਾ ਦੀ ਕੀ ਭੂਮਿਕਾ ਹੋਊ, ਸਭ ਤੋਂ ਵੱਡਾ ਸਵਾਲ ਹੈ ਜੀ। ਭਾਜਪਾ ਨੂੰ ਲੋਕ ਮੂੰਹ ਲਾਉਣਗੇ ਕਿ ਨਹੀਂ ਲਾਉਣਗੇ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਬਾਹਰ ਆ ਗਏ, ਰਿਜ਼ਾਈਨ ਕਰ ਗਏ ਪਾਰਟੀ ਤੋਂ, ਉਹਨਾਂ ਨੇ ਲਾਹਨਤਾਂ ਪਾਈਆਂ ਕਾਂਗਰਸ ਪਾਰਟੀ ਨੂੰ ਵੀ ਕਾਂਗਰਸ ਪਾਰਟੀ ਨੇ ਮੇਰੇ ਨਾਲ ਬਹੁਤ ਬੁਰਾ ਕੀਤਾ, ਅੱਜ ਉਹ ਨਿਰਾਸ਼ ਚੱਲ ਰਹੇ ਨੇ, ਨਿਰਾਸ਼ ਚੱਲ ਰਹੇ ਨੇ। ਔਰ ਕੱਲ੍ਹ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸੋਸ਼ਲ ਮੀਡੀਆ 'ਤੇ ਪ੍ਰੋਮੋ ਲਾਂਚ ਹੁੰਦਾ, ਇੱਕ ਵੀਡੀਓ ਲਾਂਚ ਹੁੰਦਾ ਵੀ ਸ਼ੇਰ ਵੰਸ ਅਗੇਨ, ਸ਼ੇਰ ਫਿਰ ਆ ਗਿਆ, ਪੰਜਾਬ ਦਾ ਸ਼ੇਰ ਬੱਬਰ ਸ਼ੇਰ ਫਿਰ ਆ ਗਿਆ। ਔਰ ਰਾਤ ਹੀ ਸਾਡਾ ਮੱਥਾ ਠਣਕ ਗਿਆ ਸੀ ਵੀ ਜਿਹੜਾ ਰਾਤ ਨੂੰ ਪ੍ਰੋਮੋ ਲਾਂਚ ਹੁੰਦਾ ਔਰ ਸਵੇਰੇ ਪ੍ਰਕਾਸ਼ ਦਿਹਾੜੇ 'ਤੇ ਜ਼ਰੂਰ ਮੋਦੀ ਸਰਕਾਰ ਕੋਈ ਨਾ ਕੋਈ ਜਿਹੜਾ ਹੰਭਲਾ ਮਾਰੂਗੀ ਵੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰੂਗੀ। ਸੋ ਉਹੀ ਗੱਲ ਹੋ ਗਈ ਕਿ ਖੁਸ਼ੀ ਜਿਹੜੀ ਹੈਗੀ ਹੈ ਉਹ ਮਿਲ ਗਈ, ਔਰ ਖੁਸ਼ੀ ਤੋਂ ਬਾਅਦ ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਹੁਣ ਜੇਕਰ ਲਹਿਲ ਸਾਹਿਬ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੇ ਰਲੇਵਾ ਹੁੰਦਾ ਭਾਜਪਾ ਦੇ ਨਾਲ, ਕਿੰਨੇ MLA ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਂਦੇ ਨੇ? ਬਹੁਤ ਸਾਰੇ ਉਂਗਲਾਂ ਟਿਪਸ ਦੇ ਉੱਤੇ MLA ਹੈਗੇ ਨੇ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਣ ਨੂੰ ਤਿਆਰ ਬੈਠੇ, ਪਰ ਹਰੇ ਚੁੱਪ ਨੇ ਕਿਉਂਕਿ ਹੋ ਸਕਦਾ ਉਹ ਭਾਜਪਾ ਦੇ ਇਸ ਫੈਸਲੇ ਦੀ ਵੇਟ ਕਰ ਰਹੇ ਹੋਣ। ਭਾਜਪਾ ਦੀ ਆਪਣੀ ਇੱਕ ਲੌਬੀ ਹੈ, ਇਹ 'ਚ ਕੋਈ ਦਰਕਰਾਰ ਨਹੀਂ ਕੀਤਾ ਜਾ ਸਕਦਾ। ਔਰ ਭਾਜਪਾ ਦੇ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਦੇ MLA ਬਣਦੇ ਨੇ ਤਾਂ ਇਹ ਕਾਂਗਰਸ ਪਾਰਟੀ ਵਾਸਤੇ, ਅਕਾਲੀ ਦਲ ਬਾਦਲ ਵਾਸਤੇ, ਖੱਬੇ ਪੱਖੀ ਪਾਰਟੀਆਂ ਵਾਸਤੇ, ਬਸਪਾ ਵਾਸਤੇ, ਆਮ ਆਦਮੀ ਪਾਰਟੀ ਵਾਸਤੇ ਬਹੁਤ ਵੱਡੀ ਚੁਣੌਤੀ ਅਤੇ ਬਹੁਤ ਵੱਡੀ ਮੁਸੀਬਤ ਖੜੀ ਕਰ ਸਕਦੇ ਨੇ। ਹੁਣ ਸਵਾਲ ਇਹ ਆਉਂਦਾ, ਅਕਾਲੀ ਦਲ ਨੇ ਭਾਜਪਾ ਦੇ ਨਾਲ ਸੰਬੰਧ ਤੋੜਤਾ, ਉਹਨੇ ਆਕਸੀਜਨ ਦੇ ਰੂਪ ਦੇ ਵਿੱਚ ਬਸਪਾ ਦੇ ਨਾਲ ਸੰਬੰਧ ਪੈਦਾ ਕਰ ਲਿਆ, ਲੇਕਿਨ ਹੁਣ ਜਦੋਂ ਕਾਲੇ ਕਾਨੂੰਨ ਵਾਪਸ ਲੈ ਲਏ ਤਾਂ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਵੀ ਸੋਚਦਾ ਹੋਣਾ ਵੀ ਯਾਰ ਇਹ ਪੰਗੇ ਖੜ੍ਹਾ ਕਰ ਲਿਆ, ਨਾ ਹੀ ਵਾਪਸ ਆਉਂਦੇ, ਵੀ ਇਹਨਾਂ ਨੇ ਤਾਂ ਵਾਪਸ ਲੈਣੇ ਹੀ ਲੈਣੇ ਸੀ,
ਜਦੋਂ ਕਿ ਆਪਾਂ ਦੋਵੇਂ ਜਾਣੇ ਸ਼ੋਅ ਦੇ ਵਿੱਚ ਪਿਛਲੇ 3-4 ਮਹੀਨੇ ਤੋਂ ਪਿੰਡ ਦੇ ਆ ਰਹੇ ਹਾਂ ਕਿ ਯੂਪੀ ਦੇ ਇਲੈਕਸ਼ਨ ਨੇੜੇ ਨੇ, ਪੰਜਾਬ ਦੇ ਇਲੈਕਸ਼ਨ ਨੇੜੇ ਨੇ, ਤਾਂ ਭਾਜਪਾ ਐਡੀ ਕਮਲੀ ਜਮਾਤ ਨਹੀਂ ਹੈ ਕਿ ਉਹ ਐਡਾ ਵੱਡਾ ਫੈਸਲਾ ਵੋਟਾਂ ਨੂੰ ਐਵੇਂ ਛੱਡ ਦੂਗੀ, ਇਹਨਾਂ ਏਰੀਆ 'ਤੇ ਇਹਨਾਂ ਖੇਤਰਾਂ ਨੂੰ ਐਵੇਂ ਛੱਡ ਦੂਗੀ ਔਰ ਹਾਰ ਦਾ ਮੂੰਹ ਦੇਖਣਾ ਪੈ ਜੂਗਾ। ਨਰਿੰਦਰ ਮੋਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਬਣਨ ਦੇ ਇੱਛੁੱਕ ਨੇ, ਬਣੂ ਕਿਵੇਂ ਜੇ ਸਟੇਟਾਂ ਜਿੱਤਣਗੇ। ਹੁਣ ਜਿਮਣੀ ਚੋਣਾਂ ਹਾਰ ਚੁੱਕੇ ਨੇ, ਜਿਮਣੀ ਚੋਣਾਂ ਹਾਰਨ ਤੋਂ ਬਾਅਦ ਭਾਜਪਾ ਨੂੰ ਇੱਕ ਗੱਲ ਸਮਝ ਆ ਗਈ ਵੀ ਸਾਨੂੰ ਹਿੰਦੁਸਤਾਨ ਦੇ ਵਿੱਚ ਲੋਕ ਸਾਡਾ ਵਿਰੋਧ ਕਰਨ ਲੱਗ ਗਏ, ਸਾਡੀ ਹਿੰਦੁਸਤਾਨ ਦੇ ਵਿੱਚ ਮੁਖਾਲਫਤ ਹੋ ਗਈ, ਹਿੰਦੁਸਤਾਨ ਦੇ ਲੋਕ ਸਾਨੂੰ ਮੂੰਹ ਨਹੀਂ ਲਾ ਰਹੇ, ਇੰਟਰਨੈਸ਼ਨਲ ਲੈਵਲ 'ਤੇ ਸਾਡਾ ਵਿਰੋਧ ਹੋ ਰਿਹਾ, ਇੰਟਰਨੈਸ਼ਨਲ ਲੈਵਲ 'ਤੇ ਸਾਡਾ ਲਾਹਨਤਾਂ ਪੈ ਰਹੀਆਂ। ਅੱਜ ਜਦੋਂ ਨਰਿੰਦਰ ਮੋਦੀ ਨੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇਹ ਐਲਾਨ ਕੀਤਾ ਰਸਮੀ ਤੌਰ 'ਤੇ ਕਿ 3 ਕਾਲੇ ਕਾਨੂੰਨ ਵਾਪਸ ਲੈ ਰਹੀ ਹੈ ਸਰਕਾਰ, ਉਹੀ ਮੀਡੀਆ, ਉਹੀ ਲੋਕ ਨੇ, ਉਹੀ ਸੋਸ਼ਲ ਮੀਡੀਆ ਦੇ ਫੇਸਬੁੱਕੀਏ ਨੇ ਅੱਜ ਹੁਣ ਨਰਿੰਦਰ ਮੋਦੀ ਦੀ ਜੈ ਜੈਕਾਰ ਕਰ ਰਹੇ ਨੇ, ਨਰਿੰਦਰ ਮੋਦੀ ਦੇ ਵੀਡੀਓ ਸ਼ੇਅਰ ਕਰ ਰਹੇ ਨੇ। ਆਪਾਂ ਖੁਦ ਉਹਨਾਂ ਜਣੇ ਨੇ ਵੀਡੀਓ ਸ਼ੇਅਰ ਕੀਤਾ ਆਪਣੇ ਗਾਉਂਦਾ ਪੰਜਾਬ ਦੇ ਪੇਜ 'ਤੇ, ਅਸੀਂ ਵੀ ਰਿਟਰਨ ਦੇ ਵਿੱਚ ਪਾਇਆ ਔਰ ਉੱਧਰੋਂ ਜੋਗਿੰਦਰ ਬਾਸੀ ਵੱਲੋਂ ਵੀ ਵਧਾਈਆਂ ਆ ਗਈਆਂ ਵੀ ਨਰਿੰਦਰ ਮੋਦੀ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ। ਕਹਿਣ ਦਾ ਸਾਡਾ ਮਤਲਬ ਇਹ ਹੈ ਵੀ ਜਦੋਂ ਬਹਿਣ ਤੁਰਦਾ ਹੈ ਤਾਂ ਬਹਿਣ ਦੇ ਵਿੱਚ ਫਿਰ ਸਾਰੇ ਬਹਿੰਦੇ ਨੇ। ਹਾਲਾਂਕਿ ਰਕੇਸ਼ ਟਕੈਤ ਨੇ, ਲੱਖੋਵਾਲ ਸਾਹਿਬ ਨੇ ਜਾਂ ਉਗਰਾਹਾਂ ਨੇ, ਇਹਨਾਂ ਨੇ ਗੱਲ ਕਲੀਅਰ ਕਰਤੀ ਵੀ ਜਿੰਨਾ ਚਿਰ ਰਿਟਰਨ ਦੇ ਵਿੱਚ ਕੋਈ ਚੀਜ਼ ਨਹੀਂ ਮਿਲਦੀ ਉਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ। ਚਲੋ ਮਹੀਨਾ ਖੰਡ ਹੋਰ ਹੈ, ਮਹੀਨੇ ਖੰਡ ਬਾਅਦ ਇਹ ਫੈਸਲਾ ਆ ਜੂਗਾ, ਕਿਉਂਕਿ ਜੋ ਸਰਕਾਰ ਨੇ ਕਹਿਤਾ। ਜਦੋਂ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਜ਼ਿੰਮੇਵਾਰ ਵਿਅਕਤੀ ਹੈ, ਜਦੋਂ ਜ਼ਿੰਮੇਵਾਰ ਵਿਅਕਤੀ ਗੱਲ ਕਹਿੰਦਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਤਾਂ ਗੱਲ ਉਹ ਸੱਚ ਹੈ, ਵਿੱਚ ਕੋਈ ਦੋ ਅਰਥੀ ਗੱਲ ਨਹੀਂ ਹੈ ਵੀ ਪ੍ਰਧਾਨ ਮੰਤਰੀ ਨੇ ਹੁਣ ਐਲਾਨ ਕਰਤਾ ਤਾਂ ਹੋਰ ਉਹ ਕਿਸਾਨਾਂ ਨੂੰ ਵਾਪਸ ਭੇਜ ਕੇ ਉਹ ਮੁੱਕਰ ਜੂਗਾ, ਏਦਾਂ ਕਦੇ ਨਹੀਂ ਹੁੰਦਾ। ਲੈਣ ਸਮੇਂ ਇੱਕ ਮਿੰਟ ਦੇ ਦਿਓ ਜੀ। ਹੁਣ ਸਵਾਲ ਇੱਥੇ ਪੈਦਾ ਖੜ੍ਹਾ ਹੁੰਦਾ ਹੈ, ਭਾਜਪਾ ਦੀ ਹੋਂਦ ਜਿਹੜੀ ਗੁਆਚ ਗਈ ਸੀ ਪੰਜਾਬ ਦੇ ਵਿੱਚ, ਯੂਪੀ 'ਚ ਗੁਆਚ ਗਈ ਸੀ, ਕੋਈ ਯੂਪੀ ਦੇ ਵਿੱਚ ਵੀ ਬਹੁਤ ਵੱਡਾ ਵਿਰੋਧ ਸੀ ਭਾਜਪਾ ਦਾ, ਉਹ ਹੁਣ ਵਾਪਸ ਕਿੰਨੇ ਪ੍ਰਸੈਂਟ ਆਉਂਦਾ, ਕਿੰਨੇ ਪ੍ਰਸੈਂਟ ਲੋਕ, ਕਿਉਂਕਿ ਹੁਣ ਦੇਖੋ ਜੇ ਕਿਸਾਨੀ ਮਸਲਾ ਹੱਲ ਹੋ ਗਿਆ ਤਾਂ ਨੇਚਰਲੀ ਗੱਲ ਹੈ ਕਿ ਭਾਜਪਾ ਦਾ ਵਿਰੋਧ ਵੀ ਖਤਮ ਹੋ ਜਾਏਗਾ, ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਉਹ ਸ਼ਰੇਆਮ ਵੋਟਾਂ ਮੰਗਣਗੇ, ਪ੍ਰਚਾਰ ਕਰਨਗੇ। ਹੁਣ ਅਕਾਲੀ ਦਲ ਤਾਂ ਨਿਕਲ ਗਈ, ਕੈਪਟਨ ਅਮਰਿੰਦਰ ਸਿੰਘ ਨੂੰ ਪਲਟਾ ਮਾਰ ਕੇ ਇਹਨਾਂ ਨੇ ਬਾਹਰ ਕੱਢਤਾ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਹਰ ਕੱਢਤਾ ਤਾਂ ਨੇਚਰਲੀ ਗੱਲ ਆ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਕੋਲੈਬੋਰੇਸ਼ਨ ਕਰੇਗਾ। ਹੁਣ ਲਹਿਲ ਸਾਹਿਬ ਮਸਲਾ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਹੋਣ ਵਾਲਾ ਹੈ, ਉਹ ਪੜਾਕਾ ਅੱਜ ਪੈ ਜੇ ਚਾਹੇ ਕੱਲ੍ਹ ਪੈ ਜੇ ਚਾਹੇ ਪਰਸੋਂ ਪੈ ਜੇ, ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਸਮਝੌਤਾ ਕਰੇਗਾ ਔਰ ਭਾਜਪਾ ਅਤੇ ਕੈਪਟਨ ਦੋਨੇ ਮਿਲ ਕੇ ਜਿਹੜੀਆਂ ਦੂਜੀਆਂ ਨਾਰਾਜ਼ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਰਟੀਆਂ ਉਹਨਾਂ ਦੇ ਨਾਲ ਗਠਜੋੜ ਹੋਏਗਾ, ਢੀਂਡਸਾ ਗਰੁੱਪ ਹੋ ਗਿਆ ਜਾਂ ਸੇਖਵੇਂ ਹੋਰੀ ਹੋ ਗਏ, ਔਰ ਨਾਲ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਨਾਰਾਜ਼ ਲੀਡਰ ਨੇ ਜਿਹਨਾਂ ਨੂੰ ਟਿਕਟ ਨਹੀਂ ਮਿਲਣੀਆਂ ਉਹਨਾਂ ਦੀ ਸ਼ਾਖ ਤਾਂ ਹੁਣ ਗਈ ਆਮ ਆਦਮੀ ਪਾਰਟੀ ਦੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਨਹੀਂ ਪਤਾ ਸਾਡਾ ਮੁੱਖ ਮੰਤਰੀ ਕੌਣ ਹੈ। ਭਗਵੰਤ ਮਾਨ ਨੂੰ ਦਰਕਿਨਾਰ ਕਰਤਾ ਔਰ ਉਹਨਾਂ ਦੇ MLA ਭੱਜ ਭੱਜ ਕੇ ਕਾਂਗਰਸ ਪਾਰਟੀ ਵਿੱਚ ਜਾਂ ਉਹਨਾਂ ਦੇ ਲੀਡਰ ਅਕਾਲੀ ਦਲ ਵਿੱਚ ਸ਼ਾਮਿਲ ਹੋਈ ਜਾਂਦੇ ਨੇ। ਭਾਜਪਾ ਤਾਂ ਆਮ ਆਦਮੀ ਪਾਰਟੀ ਦਾ ਹੁਣ ਬਿਲਕੁਲ ਲੋਕਾਂ ਤੋਂ ਅੱਖੋਂ ਪਰੋਖੇ ਹੁੰਦੀ ਜਾ ਰਹੀ ਹੈ ਪਾਰਟੀ ਜੀ ਜੀ, ਕਿਉਂਕਿ ਕੇਜਰੀਵਾਲ ਦੇ ਡਿਪੈਂਡ ਹੋ ਗਏ ਲੋਕ। ਸੁਖਪਾਲ ਸਿੰਘ ਖਹਿਰਾ ਨੇ ਇਸੇ ਗੱਲ ਦਾ ਵਿਰੋਧ ਕੀਤਾ ਸੀ ਕਿਸੇ ਸਮੇਂ, ਕਿਉਂਕਿ ਕੇਜਰੀਵਾਲ ਇਹਨੂੰ ਪੰਜਾਬ ਨੂੰ ਹਾਈਜੈਕ ਕਰਨਾ ਚਾਹੁੰਦਾ ਸੀ, ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਏ, ਇਸੇ ਕਰਕੇ ਸੁਖਪਾਲ ਖਹਿਰਾ ਪਾਰਟੀ ਤੋਂ ਬਾਹਰ ਆ ਗਏ ਔਰ ਉਹਨਾਂ ਨੇ ਕੇਜਰੀਵਾਲ ਦਾ ਵਿਰੋਧ ਸ਼ੁਰੂ ਕਰਤਾ। ਲੇਕਿਨ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਬੜਾ ਭਾਰੂ ਹੈ, ਨਾ ਤਾਂ ਅਕਾਲੀ ਦਲ ਵਾਸਤੇ ਸਰਕਾਰ ਬਣਾਉਣੀ ਇੰਨੀ ਸੌਖੀ ਹੈ, ਨਾ ਕਾਂਗਰਸ ਵਾਸਤੇ ਇੰਨੀ ਸੌਖੀ ਹੈ, ਕਿਉਂਕਿ ਜੇ ਚੰਨੀ ਦਿਨ ਰਾਤ ਕੰਮ ਕਰ ਵੀ ਰਿਹਾ, ਦੇਖੋ ਟੋਏ 'ਚੋਂ ਗਾਂ ਕੱਢਣਾ ਇਹਨੂੰ ਕੰਮ ਨਹੀਂ ਕਹਿੰਦੇ, ਭਲਾ ਕਹਿੰਦੇ ਆ ਜੀ। ਕਿਸੇ ਗਰੀਬ ਨੂੰ ਰਾਹ ਜਾਂਦੇ ਨੂੰ 100 ਰੁਪਈਆ ਸ਼ਗਨ ਜਾਂ 500 ਰੁਪਈਆ ਸ਼ਗਨ ਦੇਤਾ ਇਹਨੂੰ ਭਲਾ ਕਹਿੰਦੇ ਨੇ, ਇਹਨੂੰ ਕੰਮ ਨਹੀਂ ਕਹਿੰਦੇ। ਲਹਿਲ ਸਾਹਿਬ ਗੱਲ ਸੁਣਨ ਵਾਲੀ ਹੈ, ਬਿਲਕੁਲ ਬਿਲਕੁਲ, 500 ਰੁਪਈਆ ਸ਼ਗਨ ਦਿੱਤਾ ਆ ਪਿਛਲੇ ਮਹੀਨੇ ਦੀ ਗੱਲ ਹੈ, ਕਰੋੜਾਂ ਰੁਪਏ ਦੇ ਉਹਦੇ ਬੋਰਡ ਲਾਤੇ ਪੂਰੇ ਪੰਜਾਬ ਦੇ ਵਿੱਚ, ਸਰਕਾਰ 'ਤੇ ਵਾਧੂ ਬੋਝ ਪਾਤਾ ਵੀ ਚੰਨੀ ਸਾਹਿਬ ਨੇ ਜੀ ਬਰਾਤ ਰੋਕ ਕੇ ਉਹਨੂੰ ਸ਼ਗਨ ਦਿੱਤਾ, ਇਹ ਕਿੱਥੋਂ ਦੀ ਜਸਟਿਸ ਹੈ, ਕਿੱਥੋਂ ਦਾ ਉਹ ਹੈ। ਅਸੀਂ ਚੰਨੀ ਸਾਹਿਬ ਦੇ ਕੰਮਾਂ ਦਾ ਵਿਰੋਧ ਨਹੀਂ ਕਰਦੇ, ਅਸੀਂ ਜੇ ਟੋਏ 'ਚ ਗਾਂ ਡਿੱਗੀ ਹੈ ਉੱਥੇ ਅਗਰ ਸੌਫਟ ਕਾਰਨਰ ਲੈ ਕੇ ਚੰਨੀ ਸਾਹਿਬ ਜਾਂਦੇ ਨੇ ਤਾਂ ਅਸੀਂ ਉਸ ਗੱਲ ਦਾ ਵਿਰੋਧ ਨਹੀਂ ਕਰਦੇ, ਅਸੀਂ ਐਪਰੀਸ਼ੀਏਟ ਕਰਦੇ ਹਾਂ। ਲੇਕਿਨ ਚੰਨੀ ਸਾਹਿਬ ਐਪਰੀਸ਼ੀਏਟ ਤੁਹਾਨੂੰ ਤਾਂ ਮੰਨੀਏ ਜੇ ਮਰਿੰਡੇ ਦੇ ਵਿੱਚ ਤੁਹਾਡੀ ਰਿਹਾਇਸ਼ ਦੇ ਬਾਅਦ ਜਿਹੜੇ ਵਿਚਾਰੇ ਉਹ ਅਧਿਆਪਕ ਬੈਠੇ ਨੇ ਡੇਲੀ ਡਾਂਗਾਂ ਖਾਂਦੇ ਨੇ, ਹਰ ਰੋਜ਼ ਲੋਕਲ ਦੁਕਾਨਦਾਰ
उन्हां नूं बेपत करदे ने, उन्हां नूं बेइज्जत करदे ने। और जदों तुसीं अपने सोशल मीडिया फेसबुक पेज ते लाइव चलाउंदे हो तां थल्ले उन्हां टीचरां दीआं फरियादां दे मैसेज आए हुंदे ने वी साडा वी सोच लो, साडा वी सोच लो। उन्हां वल तुहाडा ध्यान क्यों नहीं जांदा? इस करके उत्थे तुहाडा वित्त मंत्री मनप्रीत बादल कित्थे है? उत्थे तुहाडा नवजोत सिंह सिद्धू कित्थे है? उत्थे प्रगट सिंह कित्थे है? प्रगट सिंह दे घरे बह के लोग प्रोटेस्ट करने शुरू करते, प्रगट सिंह नूं बड़ी गल दा गुस्सा आया। उदों प्रगट सिंह नूं गुस्सा नहीं आया जदों लोगों के घरे रोटी नहीं पक रही, जदों लोगों नूं तुसीं कम करा के सिर्फ 10-10 हज़ार 12-12 हज़ार रुपये तनखा दिंदे हो, जदों करोना काल दे विच मैडिकल जिहड़े वर्कर सी उन्हां तों दिन रात तुसीं कम लिया, मरीजां मरीज चुकवाए उन्हां तों, तुसीं उन्हां दे गर्म कपड़े पवा के सेवा करवाई, मुड़ के करोना गया वह भी कढ के बाहर मारे, तुसीं वह भी हड़तालां दे बैठे ने। गल गिल साहब ये है जी लैल साहब, इन्हां राजसी नेतावां दा ना जिहड़ा खासा एक ही है जी, ये ऐलान करनू तो बहुत ज़्यादा कर देंगे ने जी जी, ऐलाना तो बाद उहदी इंप्लीमेंटेशन जिहड़ी है उहनू लागू करना ये बहुत औखा हुंदा, ये भुल जांदे लैल साहब। जे किसान जथेबंदियां उगराह साहब होनी जां डॉक्टर दर्शनपाल जी जां साडे लखोवाल साहब ने जे शंका यार कीती है तो बिल्कुल सही कीती है, क्योंकि आम तौर पर किसी गल नू मनवा लैना सौखा जी, उन्हूं लागू करवाना बहुत औखा। क्यों? कारण यह है कि साडा राजसी नेता टीवी के सामने बैठ के लिखिया तो पढ़ सकता, पर उन्हूं लागू करने वास्ते साडे जिहड़े ब्यूरोक्रेट्स ने ना ये बहुत ज़्यादा अपने आप नू एक्टिव समझते हैं, वह दा है दी है दे हन दे फर्क नू समझ लेंदे ने। जदों कोई नोटिफिकेशन हुंदा है तो नोटिफिकेशन दे विच इहो जिहियां धरावां जिहड़ियां ने जी सुध जिहड़ियां वह तरमीमां पा दिंदे ने, इहो जिहियां आर्टिकल पा दिंदे ने जिहदा अर्थ दो तरफी अर्थ हुंदा। वह दो तरफी अर्थ की है, जिथे सरकार नूं फायदा होएगा उन्हूं लागू करता जाएगा, जिथे किसान नूं मजदूर नूं जां किसी मुलाजम नूं फायदा हुंदा होगा उन्हूं दूसरी भाषा के जी जी ले लिया जाता। सो शंका जिहड़ा ये बिल्कुल सही है, क्योंकि जदों तक किसी भी फैसले का नोटिफिकेशन नहीं हो जाता, कॉपी नहीं हाथ आउंदी, लागू नहीं हो जाता, तद तक वो शंका बनिया रहिंदा। अज तक जिन्हें भी हुण तक सरकार वल्लों अनाउंस किए गए ने चन्नी वल्लों रेते नूं 5 रुपये देना, अज भी रेता जिहड़ा 25 तों लैके 30 तो 30 तो 35 रुपये के हिसाब का रेता विक रहा। कभी चन्नी ने जाके उत्थे खड्डां च वेख्या, उत्थे खड्डां ते खलोते जिहड़े टेंडर जिन्हां भरे ने वो अज भी रौला पाउंदे ने भी सानू रेता उस रेट ते मिल रहा, अजे तक नोटिफिकेशन रेते का 5 रुपये का नहीं होया। दूजी गल रही पिंडां दे अंदर जिहड़ियां तुसीं गल करदे हो ना, जिहड़ी साडे मुलाजमां दीआं मंगां मरिंडे दे अंदर इहदी कोठी ते मूहरे मुलाजमान ने मजदूर जिहड़े अध्यापक ने जी ETT अध्यापक ने नर्सा ने पैरामैडिकल आ जिन्हां ने इहदे घर की कोठी नूं रोकिया होया, इस करके ही भी ये वोटर नहीं समझते इन्हां नूं, वो पिंडां दे लोकां नूं अनपढ़ बंदिआं नूं ये वोटर समझते हैं क्योंकि उत्थों वोटां आउणियां, पर ये भुल जांदे ने भी 50 लाख तों वध जिहड़े वोटर पंजाब दे मुलाजम ने। सो जदों तक इन्हां बंदिआं दा खासा जिहड़ा एक ही है, जे अज कांग्रेस की अपनी पार्टी नूं बचाउण लई नवजोत सिंह सिद्धू जां साडा मुख्यमंत्री चरणजीत चन्नी पिंडां दे अंदर शहरां दे अंदर जा के जां छगन पा पा के लोकां दा मन जित्तण की कोशिश कर रहा, इस तरह दूजियां भी जिहड़ियां पार्टियां ने वो अपने मन जित्तण की कोशिश तो कर रहियां ने। वो वक्खरी गल है कि अकाली दल ते आप तों जिहड़े इन्हां दे मुद्दे सी वो कांग्रेस ने ते भाजपा ने हुण खोले ने, पहला कांग्रेस ने खोए भी अं मुख्यमंत्री जिहड़ा डिप्टी मुख्यमंत्री दलित लावांगे, दलित मुख्यमंत्री लाता, दूजे कहिंदे जी असीं 300 यूनिट फ्री देंगे, उन्होंने 2 किलोवाट वाले का बिल ही माफ़ करता, डिफॉल्टिंग अमाउंट छड़ती। हुण ये वेखो भी जिहड़ा 2 किलो तो विटवाट तो लैके 7 किलोवाट तक का एक नोटिफिकेशन होया, हुण उस 82-80% लोगों को बेनीफिट हो गया, और जिहड़े 18-20% उन्होंने की दोष है, उन्होंने भी कोई बेनीफिट दे दिता जाता। हुण वो बेचारे ईमानदार से भी उन्होंने जो लोड अपना घट भरना चाहिए सी, लोग 2-2 किलोवाट लोड लैके तो 15-15 किलोवाट लोड का जी इस्तेमाल कर रहे हैं, ये बिजली बोर्ड नूं नहीं पता, सरकार नूं नहीं पता, पर उन्होंने बेचारे का की दोष सी
उन्होंने भी राइट देता जाता। सो कहने का मेरा भाव है ये जड़े सर्कूलर ने जब तक कोई भी नोटिफिकेशन नहीं हो जाता ज पार्लीमेंट विधानसभा तो कोई कानून पास नहीं हो जाता तद तक वो नोटिफिकेशन होवे लागू होवे फिर आप कह सकते हैं ये शंके अज बने रहेंगे। पर जे तुसी अपने संघर्षा तो टेक लांबे कर दी जे अज चन्नी दी कोठी तो जां खरड़ तो जां होरना थावां तो मुलाजमान ने अपने धरने चुक ले किसानां ने दिल्ली तो धरने चुक ले तो ये एज इट जी उस तरह रह जाएगा उदों तक जब तक ये नोटिफिकेशन नहीं हो जाते लागू नहीं हो जाते तद तक अपने संघर्ष के पिछे मुड़ना अपनी गलती होएगी। सो सारिया किसान जथेबंदियां मजदूर जथेबंदियां जां होरना लोगों नूं जिहड़े आपो अपने प्लेटफॉर्म के उत्ते सरकार के प्रति रोस प्रगट कर रहे हैं संघर्ष कर रहे हैं उन्हां नूं लगातार तिखा तो होर तिखा संघर्ष जिहड़ा वह विढ़ना पएगा ता ही ये राजसी लोग जिहड़े ने वह समझदार होणगे। सो ये प्रगट सिंह वर्गे जिहड़े अपने आप नूं बहुत उच्चे खिडारी भी समझते रहे लोगों के मसले हल करन दी गल करते रहे नवजोत सिंह सिद्धू नाल मोढ़े नाल मोढ़ा मिला के गल करते सी अज उन्हां नूं जदों वह आप मंत्री होए ने तो हुण उन्हां कोले कोई भी इहो जिहा इशू नहीं रहा भी वह कहन भी मैं तो मंत्री नहीं तो मंत्री हो के भी लोगों के मैमोरेंडम लै लेने उन्होंने फोटो लवा देनी ये ना कोई मसला हल नहीं होंगे मसला तो हल होएगा उदों जो तुम लागू करोगे। अगे गल रही जिमें कि तुम क्या गिल साहब भी कैप्टन अमरिंदर सिंह ने जी जो रोल अदा किया उन्होंने भूमिका उन्होंने जी भूमिका है आने वाले समय च अजे बहुत व्डे जड़े धमाके होने वाले ने जी अजे तुम देखना कल की गल ही है कल जी जो प्रैस कॉन्फ्रेंस जाद्या सुखपाल सिंह खहरा ने एक गल कही सी शायद तुसी भी सुनी होएगी जी जी उन्हें कहा भी बुक्कल दे सप्पा ने मैनू मरवाया मैनू भाजपा की सरकार तो मेरे खिलाफ है ही सी वो तो है ही सी पर मेरे अपने बुक्कल दे जिहड़े सप्प सी कांग्रसी सप्प सी उन्हां बंदियां ने मेरा ये नुकसान किया उन्हें कूड़ दा खुट्टे नानका ओड़क सच रही दा एक शब्द बोलिया सी जी वो कहिंदा सच ते सच ही है वक्री गल है भी अच्छ मैं अफेक्टेड हो गया पर जिस दिन बाहर आऊँगा मैं उन्होंने कांग्रसियों का पर्दाफाश करूँगा और उस वे बहुत व्डा धमाका होएगा और अजे भी धमाके होने संभावना इनिया ने भी साहब श्री गुरु ग्रंथ साहब की जी बेइज्जती हुई जिद लिए रौला पै रहा जिद लिए एस एस पी बनाई गई अरे वो भी अजिहा धमाके होने वाले ने दो चार दिन दसा दिन के हैरान रह जाओगे जिहड़ियां अज यार ने वो कल दुश्मन बन जा रही ने। सुखजिंदर रंधावा पहले साफ कर चुके ने कि बड़ियां मच्छियां सामने आ रही ने आ रही ने। सो इस करके कैप्टन अमरिंदर सिंह का जिहड़ा रोल है कैप्टन अमरिंदर सिंह ने निकल तो बाद एक गल जरूर कही सी भी हुण नवां कुछ सिर दिया जाएगा जे अज कैप्टन अमरिंदर सिंह के कहे अनुसार उहदे वल्लों राष्ट्रपति प्रधानमंत्री ते गृह मंत्री नूं मिल के पंजाब दे किसानां दी गल कीती सी दुनिया दे हिंदुस्तान दे किसानां दी गल कीती सी ते अज ओह साबित हो गई है ये गल क्लीयर सी भी नवंबर दे महीने ही ये जिहड़े फैसले डकैत ने अज तो छे महीने गल कही सी पहला कह दी सी पहला ही कहती सी कि नवंबर दे महीने ये काले कानून वापस हो जाणगे अगर नहीं हुंदे तो फिर असीं वेखांगे की हुंदा। सो ओ सारा कुछ जिहड़ा बिल्ली जिहड़ी थैलियों बाहर आ गई ने आने वाले समय च असीं अजे कुछ नहीं कहा जा सकता क्योंकि ये राजसी लोग ने ये अपने हित इन्हां नूं प्यारे ने इन्हां नूं लोगों के हितों का कोई लैण देण नहीं ये वेखणगे भी किहड़े थां ते साडी जिहड़ी गद्दी सुरक्षित है सानूं टिकट कित्थों मिलदी है जितीए जां हारीए इन्हां नूं इहदे नाल मतलब है समस्यावां नाल नहीं। सो इस करके अजे आने वाला समां ये दसेगा भी कैप्टन अमरिंदर सिंह दी अगे किवें दी राजनीति अगे किवें दा रणनीति अडोप्ट करदा केड़ियां केड़ियां राजसी पार्टियां जिहड़ियां ने उहदे नाल समझौता करदियां ने और जिहड़े बंदे निराश किस्म दे जिहड़े नूं कह दिंदे हो कांग्रेस दे विच्चों जिहड़े अंदर अजे तक बुक्कल च उह मतलब पटारी च जिहड़े उह सप्प ने फनकारे मार रहे ने उह बाहर जदों आउणगे ते की रंग लिआउणगे। सो आउण वाला समां सिर्फ 15 दिन दा समां हैगा 15 तो 20 दिन के अजिहे धमाके हो जा रहे हैं जिन्हां धमाकों का खड़ाक जिहड़ा वो पंजाब के हर दरवाजे पर होएगा। सो इस करके अपने कन्नां नूं खुल्लियां रखो अखां नूं खुल्लियां रखो मूँह तो भावें घट बोलो। सो कहण दा भाव आने वाले समय च फैसला तुसीं करना तुसीं अपनी जिहड़ी आ राजनीति सरकार चुननी है तुसीं अपनी किस्मत का फैसला तुसीं खुद करना कित ये ना हो तो तुसी फिर वो 5 साल वास्ते गलती करवो इन्हां दे भरम भुलेखियां चों बाहर निकलो ये छोटे छोटे लालच
ਇਹ ਛੋਟੀਆਂ ਛੋਟੀਆਂ ਜਿਹੜੀਆਂ ਰਿਆਤਾਂ ਨੇ ਇਹ ਤੁਹਾਡੇ ਮਨ ਨੂੰ ਮੋਹ ਰਹੀਆਂ ਨੇ। ਸੋ ਇਸ ਮਨ ਨੂੰ ਮੋਹ ਰਹੀਆਂ ਰਿਆਤਾਂ ਦਾ ਕੋਈ ਫਾਇਦਾ ਨਹੀਂ। ਅੱਜ ਭਾਜਪਾ ਸਰਕਾਰ ਨੇ 10 ਰੁਪਏ ਡੀਜ਼ਲ ਅਤੇ 5 ਰੁਪਏ ਜਿਹੜਾ ਤੇਲ ਜਿਹੜਾ ਉਹ ਘਟਾਇਆ। ਵੱਖਰੀ ਗੱਲ ਸਟੇਟਾਂ ਨੇ ਇਸ ਮਜਬੂਰੀ ਬਸ ਵੀ ਭਾਜਪਾ ਕ੍ਰੈਡਿਟ ਨਾ ਲਵੇ, ਉਹਨਾਂ ਨੇ ਵੀ 1-2% ਜਿਹੜਾ ਆਪਣੇ ਵੈਟ ਚੋਂ ਕਢਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤਾਂ ਲੋਕਾਂ ਦੇ ਹਿੱਤੂ ਹਾਂ। ਪਰ 4.5 ਸਾਲ ਜਦੋਂ ਦਾ ਰੇਟ ਵੱਧਦਾ ਜਾ ਰਿਹਾ ਉਦੋਂ ਤੱਕ ਕਿਸੇ ਨੇ ਵੀ ਆਪਣਾ ਵੈਟ ਨਹੀਂ ਘਟਾਇਆ। ਔਰ ਸਾਰੇ ਸਾਡੀ ਉਹ ਟੈਕਸ ਦੇ ਪੈਸੇ ਜਿਹੜੇ ਸਾਡੀ ਕਮਾਈ 'ਚੋਂ ਜਾਂਦੇ ਨੇ ਉਹਨਾਂ ਪੈਸਿਆਂ ਨੂੰ ਆਪਣੀ ਅਯਾਸ਼ੀ 'ਤੇ ਉਡਾਇਆ, ਗੱਡੀਆਂ ਖਰੀਦ ਕੇ ਉਡਾਇਆ, ਕੋਠੀਆਂ ਬਣਾ ਲਈਆਂ। ਔਰ ਵੱਡੇ ਵੱਡੇ ਜਿਹੜੇ ਬੋਰਡ ਲਾ ਰਹੇ ਨੇ ਇਹ ਆਪਣੀ ਜੇਬ 'ਚੋਂ ਨਹੀਂ ਲਾ ਰਹੀ ਕਾਂਗਰਸ, ਇਹ ਤੁਹਾਡੇ ਟੈਕਸ ਤੋਂ ਲਾ ਰਹੇ ਨੇ। ਬਿਲਕੁਲ, ਚੰਨੀ ਵਰਗੇ 1-500 ਰੁਪਇਆ ਦੇ ਕੇ ਜਾਂ ਰਾਹ ਜਾਂਦੇ ਨੇ ਬਾਟੇ ਨਾਲ ਪਾਣੀ ਪਿਆ ਕੇ ਤੇ ਵੱਡੀ ਫੋਟੋ ਲਾ ਦਿੰਦੇ ਨੇ। ਕਈ ਇਹੋ ਜਿਹੇ ਬੱਸਾਂ ਦੇ ਉੱਤੇ ਇੱਕਦਮ ਫੋਟੋਆਂ ਜਿਹੜੀਆਂ ਬਦਲ ਦਿੱਤੀਆਂ ਹੁੰਦੀਆਂ। ਸੋ ਜੇ ਉਹੀ ਪੈਸੇ ਐਡਵਰਟਾਈਜਮੈਂਟ ਦੇ ਪੈਸੇ ਇਹ ਸਾਰੇ ਕੁਝ ਦੇ ਪੈਸੇ ਲੋਕ ਹਿੱਤ ਲਈ ਵਰਤੇ ਜਾਣ, ਲੋਕਾਂ ਨੂੰ ਰਾਹ ਦਿੱਤੀ ਜਾਵੇ, ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਣ, 6ਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰ ਦਿੱਤੀਆਂ ਜਾਣ, ਕਿਸਾਨਾਂ ਨੂੰ ਜਿਹੜੇ ਕਰਜ਼ੇ ਨੇ ਉਹ ਮਾਫ਼ ਕਰਤੇ ਜਾਣ, ਹੋਰ ਕਈ ਵਿਕਾਸ ਦੇ ਕਾਰਜ ਪਏ ਨੇ। ਪਿੰਡਾਂ ਦੀਆਂ ਸੜਕਾਂ ਤੁਸੀਂ ਜਦੋਂ ਲੰਘਦੇ ਹੋ ਤਾਂ ਤੁਸੀਂ ਥੂ ਥੂ ਕਰਦੇ ਹੋ। ਕੱਲ੍ਹ ਸਾਡੇ ਇੱਕ ਰਿਸ਼ਤੇਦਾਰ ਅੰਮ੍ਰਿਤਸਰ ਤੋਂ ਆਏ ਸੀ, ਜਦੋਂ ਰੇਲਵੇ ਸਟੇਸ਼ਨ 'ਤੇ ਛੱਡਣ ਗਏ ਉਹ ਕਹਿੰਦੇ ਯਾਰ ਤੁਹਾਡਾ ਇਹ ਸ਼ਹਿਰ ਇਹ ਮੁੱਖ ਮੰਤਰੀ ਦਾ ਸ਼ਹਿਰ ਹੈ। ਉਹ ਕਹਿੰਦੇ ਇਹਨਾਂ ਨੂੰ ਸਾਡੇ ਪਿੰਡ ਚੰਗੇ ਨੇ, ਉੱਥੇ ਘੱਟੋ ਘੱਟ ਉਹ ਲੋਕ ਟਾਈਲਾਂ ਲਾ ਲਾ ਕੇ ਅਸੀਂ ਪੱਕਾ ਕਰ ਲਿਆ, ਇਹੋ ਸ਼ਹਿਰ ਹੈ। ਸੋ ਸਾਡੇ ਸ਼ਹਿਰਾਂ ਦੀ ਬਹੁਤ ਮੰਦੀ ਹਾਲਤ ਹੈ, ਤੁਸੀਂ ਆਰਾਮ ਲੈ ਲਓ। ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਆ ਵੀ ਅਸੀਂ ਆਪਣੇ ਆਪ ਨੂੰ ਸਮਝ ਕੇ ਆਪਣੇ ਅੰਦਰ ਝਾਕੀਏ, ਨਾ ਕਿ ਲਾਲਚਾਂ ਨੂੰ ਝਾਕੀਏ। ਅਸੀਂ ਉਹ ਸਰਕਾਰ ਚਾਹੀਦੀ ਹੈ ਜਿਹੜੀ ਸਰਕਾਰ ਸਾਡਾ ਖਜ਼ਾਨਾ ਭਰੇ, ਉਹ ਸਰਕਾਰ ਚਾਹੀਦੀ ਹੈ ਜਿਹੜਾ ਵਿਕਾਸ ਦੇ ਕਾਰਜ ਕਰੇ, ਉਹ ਸਰਕਾਰ ਚਾਹੀਦੀ ਹੈ ਜਿਹੜਾ ਸਾਡੇ ਸਿਸਟਮ ਨੂੰ, ਭਾਵੇਂ ਕਿ ਮੁੱਖ ਮੰਤਰੀ ਕੈਪਟਨ ਆਪਣਾ ਸੋਰੀ ਚਰਨਜੀਤ ਚੰਨੀ ਉਹ ਕਹਿੰਦਾ ਪੰਜਾਬ ਮਾੜਾ ਨਹੀਂ, ਪੰਜਾਬ ਠੀਕ ਹੈ, ਪੰਜਾਬ ਦੀ ਰਾਜਨੀਤਿਕ ਜਿਹੜੀ ਆ ਸਿਚੁਏਸ਼ਨ ਮਾੜੀ ਹੈ, ਪ੍ਰਬੰਧ ਮਾੜਾ, ਸਿਸਟਮ ਮਾੜਾ। ਉਹ ਸਿਸਟਮ ਕੌਣ ਨੇ? ਉਹ ਸਿਸਟਮ ਨੇ MLA, ਉਹ ਸਿਸਟਮ ਨੇ ਮੰਤਰੀ, ਉਹ ਸਿਸਟਮ ਨੇ ਸਾਡਾ ਸਿਸਟਮ ਜਿਹਨੂੰ ਚਲਾ ਰਹੇ ਹੋ ਤੁਸੀਂ। ਇੱਕ ਵਿਧਾਇਕ ਚੁਣਿਆ ਜਾਂਦਾ ਜੀ, ਵਿਧਾਇਕ ਦੇ ਜਿਹੜੇ ਅਧਿਕਾਰ ਨੇ ਨਾ ਉਹ ਇੰਨੇ ਜ਼ਿਆਦਾ ਨੇ ਵੀ ਉਹ ਕਿਸੇ ਵੀ ਬੰਦੇ ਨੂੰ ਧਮਕੀ ਦੇ ਕੇ ਕਹਿ ਕੇ ਜਾਇਜ਼ ਅਤੇ ਨਜਾਇਜ਼ ਕੰਮ ਕਰਵਾ ਸਕਦਾ। ਅਗਰ ਉਹ ਜਾਇਜ਼ ਅਤੇ ਨਜਾਇਜ਼ ਕੰਮ ਨਹੀਂ ਕਰਦਾ ਤਾਂ ਉਹ ਅਸੈਂਬਲੀ ਦੇ ਸਪੀਕਰ ਨੂੰ ਕਹਿ ਕੇ ਉਹਨੂੰ ਟਰਮੀਨੇਟ ਵੀ ਕਰਾ ਸਕਦਾ, ਸਜ਼ਾ ਵੀ ਕਰਾ ਸਕਦਾ। ਪਰ ਇੱਕ ਆਮ ਆਦਮੀ ਜਿਸ ਬੰਦੇ ਨੇ ਉਹਨੂੰ ਅਧਿਕਾਰ ਦਿੱਤੇ ਨੇ 5 ਸਾਲ ਲਈ, ਜਿਸ ਬੰਦੇ ਨੇ ਵੋਟ ਪਾਈ ਹੈ 5 ਸਾਲ ਲਈ, ਉਸ ਬੰਦੇ ਨੂੰ ਇਹ ਅਧਿਕਾਰ ਨਹੀਂ ਕਿ ਉਹਨੂੰ ਬੋਲ ਸਕੇ। ਤੁਸੀਂ ਵੇਖ ਹੀ ਲਿਆ ਹੁਸ਼ਿਆਰਪੁਰ ਦੇ ਵਿੱਚ ਇੱਕ ਬੰਦੇ ਨੇ ਜਦੋਂ MLA ਉੱਥੇ ਜਾ ਕੇ ਭਾਜਪਾ ਦਾ ਪਹੁੰਚਿਆ ਅਤੇ ਉਸ ਬੰਦੇ ਨੇ ਸਵਾਲ ਕੀਤਾ ਉਹਨੂੰ, ਉਹਨੇ ਥੱਪੜ ਮਾਰੇ, ਉਹਨੂੰ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਹੋ ਵਿਕਾਸ ਕੀਤਾ, ਸਾਡੇ ਪਿੰਡ 'ਤੇ ਵਿਕਾਸ ਹੋਇਆ ਨਹੀਂ, ਅਤੇ ਉਹਨੂੰ ਸਜ਼ਾ ਉਹਦੀ ਬੋਲਣ ਦੀ ਚਪੇੜਾਂ ਨਾਲ ਮਿਲੀ, ਥੱਪੜਾਂ ਨਾਲ ਮਿਲੀ। ਉਸ ਵਿਧਾਇਕ ਨੂੰ ਇਹਨਾਂ ਲੋਕਾਂ ਨੇ ਵੋਟ ਪਾਈ ਸੀ। ਔਰ ਸਪਸ਼ਟੀਕਰਨ ਕੀ ਬਣਦਾ ਤਾਂ ਇਹ ਸੀ ਵੀ ਉਸੇ ਵੇਲੇ ਉਹਦੀ ਜਿਹੜੀ ਪਾਰਟੀ ਹੈ ਮੈਂਬਰਸ਼ਿਪ, ਉਹਦੀ ਮੈਂਬਰਸ਼ਿਪ ਖਾਰਜ ਕਰ ਦਿੰਦੀ, ਸਗੋਂ ਕਿ ਉਹਦੇ ਤੋਂ ਮਾਫ਼ੀ ਮੰਗਾ ਲਈ ਗਈ ਵੀ ਇਹਨੇ ਅਪ ਸ਼ਬਦ ਬੋਲੇ ਸੀ, ਕੜਵੇ ਸ਼ਬਦ ਬੋਲੇ ਸੀ। ਇਸੇ ਤਰ੍ਹਾਂ ਇੱਥੇ ਦੀ ਗੱਲ ਬੰਗਾਲ ਦੇ ਅੱਤ ਜਾਂ ਮਹਾਰਾਸ਼ਟਰ ਦੇ ਵਿੱਚ ਵੀ ਇਸੇ ਦੀਆਂ ਕਈ ਘਟਨਾਵਾਂ ਘਟੀਆਂ, ਉੱਥੋਂ ਦੇ ਮੰਤਰੀਆਂ ਨੇ ਲੋਕਾਂ ਨੂੰ ਸ਼ਰੇਆਮ ਕੁੱਟਿਆ ਮਾਰਿਆ, ਔਰ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦੀ ਸਰਕਾਰ ਨੂੰ ਚੁਣਿਆ ਸੀ। ਸੋ ਅੱਜ ਤੁਹਾਡੀ ਵੋਟ ਦਾ ਮੁੱਲ ਫਿਰ ਪੈਣ ਵਾਲਾ, ਤੁਸੀਂ ਇਹ ਸੋਚ ਸਮਝ ਕੇ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕਰੋ, ਉਹਨਾਂ ਸਿਆਸੀ ਰਾਜਸੀ ਲੋਕਾਂ ਦੇ ਕਿਰਦਾਰ ਨੂੰ ਜਾਣੋ ਵੀ ਇਹ 5.5-4 ਸਾਲ ਬਾਅਦ ਆਪਣਾ ਖਾਸਾ ਚੇਂਜ ਕਰ ਲੈਂਦੀਆਂ ਨੇ, ਜਿਵੇਂ ਸੱਪ ਆਪਣੀ ਕੁੰਜ ਲਾ ਦਿੰਦਾ ਅਤੇ ਨਵੀਂ ਕੁੰਜ ਦੀ ਆਸ ਦੀ ਤੁਰ ਪੈਂਦਾ। ਸੋ ਇਹ ਕੁੰਜ ਬਦਲ ਰਹੀਆਂ ਨੇ ਜੀ, ਆਪਣੇ ਉੱਤੋਂ ਪਰਦੇ ਲਾਹਤੇ ਨੇ ਅਤੇ ਹੁਣ ਮੈਦਾਨ 'ਚ ਆ ਗਈਆਂ ਨੇ। ਇਹ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਨੇ, ਚਾਹੇ ਮੁੱਖ ਮੰਤਰੀ ਚੰਨੀ ਹੈ ਜਿਹੜਾ ਆਪਣੇ ਆਪ ਨੂੰ ਗਰੀਬ ਪਰਿਵਾਰਾਂ 'ਚੋਂ ਕਹਿੰਦਾ, ਜਿਹੜਾ ਬੰਦਾ 14.52 ਕਰੋੜ ਪਿਛਲੀ ਸਰਕਾਰ ਦੇ ਵੇਲੇ ਆਪਣੀ ਜਿਹੜੀ ਇਨਕਮ ਆਫ ਸੋਰਸ ਜਿਹੜਾ ਉਹ ਸ਼ੋਅ ਕਰਦਾ, ਇਕੱਲਾ ਉਹ ਗਰੀਬ ਹੋ ਸਕਦਾ? ਜਿਹੜਾ ਬੰਦਾ ਕਲੋਨਾਈਜ਼ਰ ਹੋਵੇ, ਜਿਹਨੇ ਅਨਆਥੋਰਾਈਜ਼ ਕਲੋਨੀਆਂ ਖਰੜ ਦੇ ਵਿੱਚ ਕੱਟੀਆਂ ਹੋਣ, ਉਹ ਗਰੀਬ ਹੋ ਸਕਦਾ? ਸੋ ਇਸ ਕਰਕੇ ਭਰਮ 'ਚ ਨਾ ਪਾਓ, ਭੁਲੇਖੇ 'ਚ ਨਾ ਪਾਓ। ਆਦਮਪੁਰ ਦੇ ਲੋਕੋ, ਇਹ ਤੁਹਾਨੂੰ ਲੁੱਟਣ ਵਾਸਤੇ ਇੱਕ ਵਾਰੀ ਫਿਰ ਆ ਰਿਹਾ, ਸਮਝਣ ਦੀ ਕੋਸ਼ਿਸ਼ ਕਰਿਓ। ਬਿਲਕੁਲ, ਸੋ ਇਸ ਕਰਕੇ ਸਾਰਿਆਂ ਨੂੰ ਸਾਡੀ ਇਹੀ
अपने अदारे इतों अपील ही होंगी है कि समझदारी करके उन्हां बंदियां नूं अगे लैके आओ जिहड़े तुहाडे दुख ते दर्द नूं समझदे होण। जी बिल्कुल जी, सो बड़िया वधिया वधिया गल्लां असीं करियां ने, पर खास करके जे आपां हुण बहुत जल्दी बड़ा रेवोल्यूशन आने वाला पंजाब दे विच, कांग्रेस पार्टी विच भी आने वाला है, अकाली दल च भी आने वाला है, उधरों सुखबीर बादल ने पूरा जोर ला रखे है गली गली, कदे जिस सुखबीर बादल जलेबियां कढ़दे हुए नज़र आउंदे ने, कदे उह ब्रैड ब्रैडा नूं तेल लाउंदे गर्म हो करदे हुए नज़र आ रहे ने, कदे उह कदे कोई उह समान बनाउंदे हुए नज़र आ रहे ने, कदे जांदे जांदे उह वैसे ही जिमीदारां कोले खड़ जांदे ने, गल्लां बातां करन लग जांदे ने। जे सुखबीर बादल नूं मैं इन्हां दे पेज ते मैं कमेंट कीता, सुखबीर बादल जांदे जांदे 10-12 जनानियां कोले रोक के खेतां दे विच गल्लां बातां कर रहे ने, मैं पेज ते पाया भी सुखबीर बादल जी काश तुसीं जित्तण तों बाद ही इदां इन्हां कोले आओ, एक सधारण व्यक्ति बन के तुसीं इन्हां दे कोले खड़ो, मुख्यमंत्री बनण तों बाद भी तुसीं जलेबियां कढ़दे नज़र आओ, उस तों बाद भी तुसीं समोसे खांदे नज़र आओ, तां किन्ना चंगा होवे जिस तरह चरणजीत चन्नी कर रहे आ, पर इदां हुंदा नहीं। जदों इह सुखबीर बादल परिवार जदों जित जांदा मुड़ के तां फिर इह आपदे जथेदारां नूं भी कोले नहीं आउण दिंदे, आम आदमी का बहुत दूर की गल है। जदों पत्रकार इन्हां नूं सवाल करते हैं कितें प्रैस कॉन्फ्रेंस में जाते हैं, उन्होंने सामने इन्नी टाइट सिक्योरिटी रखते हैं कि उन्होंने तक पहुँचने वास्ते धक्को मुक्की होना पैंदा, कई कैमरे तक टुट जाते हैं। इदां दे हालात तुसीं खड़े कर दिओ, तुसीं हले फिर चाहते हो कि थोनू वोटा पैण, अज तुसीं घर घर जाके भिखारियां वांगू वोटा मंगते फिरते हो, और जो तुसीं जित जाने हो फिर जनता भिखारियां वांगू तुहाडे मगर मगर घूमती है, और तुहाडे तो वोटां दी तुहाडे तो कम की उम्मीद रखती है। आने वाले दिनों के बहुत तकड़ा रेवोल्यूशन आने वाला, किसी पार्टी की भूमिका रहो ये आने वाला समा दसूगा, पंजाब सरकार की दी आऊ भी आने वाला समा दसूगा, हो सकता किसान जो वापस आ गए किसान आगू अपने उम्मीदवार खड़े कर सकते हैं, ये कोई बहुत ही वड्डी गल नहीं, जिस तरह गुरनाम सिंह चड़ूनी पहले कह चुके हैं कि असी सीटा लड़ांगे, जितण ना जितने बाद की गल है, लोगों ने बहन का कोई पता नहीं वह किधर हो जाए, वो किसान उम्मीदवार वाले पासे हो जाए या कैप्टन अमरिंदर वाले पासे हो जाए या चन्नी वाले पासे चन्नी के खेमे चल जाए, अजे कोई पता नहीं। पर जिहड़े दल बदलू लीडर ने इन्हां दा कोई दीन मान नहीं, इत्थों टिकट नहीं मिली उत्थे, संता सिंह नहीं तां बंता सिंह, बंता सिंह तां मगर सिंह, मगर नहीं सी जंटा सिंह, इको एक निशान है कि पंजाब की सीट पर किवें कब्जा किया जाए। दोस्तों इन्हां कब्जा करन वाले तो सावधान रहो, बहुत जल्दी ये लोग तुहाडियां बरूहां ते आउण वाले ने, इन्हां तों हिसाब मंगियो, इन्हां तों इन्हां दे कम्मां दा लेखा जोखा मंगियो भी 4.5 साल पिछले 10 साल च कीता की है, तां तुहानूं वोट पावांगे असीं। तुसी बेरोजगारी हटाई, तुसी भ्रिष्टाचार हटाया, तुसी जेलों का सुधार किया, तुसी नौकरियां दित्तियां, तुसी माइनिंग का कोई रेता सस्ता किया, जे उन्होंने सस्ता किया तां वोट पायो, नहीं जमा नहीं वोट पायो, दरवाजे कर लियो बंद, बाहर कढ़ दियो, और भद्दी लैंग्वेज बिल्कुल यूज नहीं करनी, आदर सत्कार पुठे मोड़ने हाथ जोड़ के भी कोई गल नहीं जी जाओ सत श्री अकाल, जदों कोई चंगा कैंडीडेट आऊगा असीं चंगे कैंडीडेट नूं वोट पावांगे, पंजाब नूं बचाउणा है तो कोई ना कोई हंबल तो मित्रों मारना पेगा, कोई ना कोई हिम्मत तो करनी पेगी। सो सानू चर्चा में विराम देना पैना क्योंकि समा असी तुहाडा काफ़ी लै गए, तुहानू साडी अज्ज दी चर्चा किस तरह की लगी, अपने विचार अपने सुझाव सानू जरूर दे दिया करो, कल फिर मिलांगे इस समय इस चैनल पर, तद तक लई सानू दोहां नू इजाजत दिओ, रब राखा।